ਮੇਰਾ ਨਾਮ ਡਾਕਟਰ ਰੋਹਨ ਮਹਿਰਾ, ਰਾਸ਼ਟਰੀ ਰਾਸ਼ਟਰ ਗੌ ਰਕਸ਼ਾ ਮਹਾਂਸੰਘ ਤੋਂ। ਅੱਜ ਅਸੀਂ ਇੱਥੇ ਲੋਕਾਂ ਦੀ ਸੇਫਟਾ ਲਈ, ਸੇਫਟੀ ਦੇ ਲਈ, ਉਹਦੇ ਨਾਲ ਨਾਲ ਗਊ ਮਾਤਾ ਦੀ ਰਕਸ਼ਾ ਦੇ ਲਈ ਇੱਥੇ ਬੈਠੇ ਹਾਂ। ਅਸੀਂ ਲੋਕ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਨੇ 2016 ਦੇ ਵਿੱਚ ਗਊ ਸੈਸ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ, ਜਿਹਦੇ ਵਿੱਚ ਅਨਾਊਂਸ ਕੀਤਾ ਗਿਆ ਸੀ ਕਿ 500 ਤੋਂ ਉੱਪਰ ਜਿਹੜੀ ਗਊਸ਼ਾਲਾ ਜਿਹੜੀ ਪੂਰੇ ਪੰਜਾਬ ਦੇ ਵਿੱਚ ਖੋਲ੍ਹੀ ਜਾਏਗੀ। ਲੇਕਿਨ ਹੁਣ ਤੱਕ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 1 ਲੱਖ ਦੇ ਕੋਲ ਜਿਹੜੀਆਂ ਗਊਆਂ ਨੇ ਸੜਕਾਂ ਦੇ ਉੱਪਰ ਘੁੰਮ ਰਹੀਆਂ ਨੇ, ਉਹਦੇ ਨਾਲ ਨਾਲ 10,000 ਦੇ ਕਰੀਬ ਸਾਲਾਨਾ ਜਿਹੜਾ ਐਕਸੀਡੈਂਟ ਗਊਆਂ ਦੇ ਨਾਲ ਹੋ ਰਹੇ ਨੇ, ਬਹੁਤ ਸਾਰੇ ਲੋਕ ਮਰ ਰਹੇ ਨੇ, ਬਹੁਤ ਸਾਰੀਆਂ ਗਊਆਂ ਮਰ ਰਹੀਆਂ ਨੇ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ 26 ਨੂੰ ਪਿਛਲੇ ਮਹੀਨੇ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ। 40 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਗੋਲਬਾਗ ਦੇ ਸਾਹਮਣੇ ਅੰਮ੍ਰਿਤਸਰ ਦੇ ਵਿੱਚ ਐਕਸੀਡੈਂਟ ਦੇ ਨਾਲ ਮਰ ਜਾਂਦਾ ਵਾ, ਉਹਦਾ ਪਰਿਵਾਰ ਜਿਹੜਾ ਪੂਰੇ ਦਾ ਪੂਰਾ ਬਹੁਤ ਹੀ ਸਦਮੇ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਹੀ ਨਹੀਂ ਬਲਕਿ ਛੋਟੇ ਛੋਟੇ ਪਿੰਡਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਕਾਉਸੈਸ ਜਿਹੜਾ ਉਹ ਲੈ ਰਹੇ ਆ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਮੋਹਾਲੀ, ਮੋਗਾ, ਬਟਾਲਾ, ਪਠਾਨਕੋਟ, ਮਲੇਰਕੋਟਲਾ, ਖੰਨਾ, ਫਗਵਾੜਾ, ਇਹੋ ਜਿਹੜੇ ਅਨਗਿਣਤ ਜਿਹੜੇ ਸ਼ਹਿਰ ਨੇ, ਅਨਗਿਣਤ ਜਿਹੜੇ ਪਿੰਡ ਨੇ, ਉਹਨਾਂ ਕੋਲੋਂ ਪੰਜਾਬ ਸਰਕਾਰ ਜਿਹੜੀ ਕਾਉਸੈਸ ਇਕੱਠਾ ਕਰ ਰਹੀ ਹੈ। ਅਤੇ ਕਾਉਸੈਸ ਕਿੰਨਾ ਚੀਜ਼ਾਂ 'ਤੇ ਇਕੱਠਾ ਹੋ ਰਿਹਾ ਵਾ, ਮੈਂ ਤੁਹਾਨੂੰ ਉਹ ਵੀ ਦੱਸਦਾ ਵਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵਾਂ ਕਿ ਕਾਉਸੈਸ ਪੰਜਾਬ ਦੇ ਲੋਕਾਂ ਕੋਲੋਂ ਆਇਲ ਦੇ ਟੈਂਕਰ 'ਤੇ 100 ਰੁਪਈਆ, ਸੀਮਟ ਦੇ ਬੈਗ 'ਤੇ 1 ਰੁਪਈਆ, ਬਿਜਲੀ ਦੇ ਬਿੱਲ 'ਤੇ 2 ਪੈਸੇ ਪਰ ਯੂਨਿਟ, ਏਸੀ ਮੈਰਿਜ ਪੈਲਸ 'ਤੇ 1,000 ਰੁਪਈਆ, ਨੌਨ ਏਸੀ ਮੈਰਿਜ ਪੈਲਸ 'ਤੇ 500 ਰੁਪਈਆ, 4-ਵੀਲਰ 'ਤੇ 1,000 ਰੁਪਈਆ ਅਤੇ 2-ਵੀਲਰ 'ਤੇ ਜਿਹੜਾ 200 ਰੁਪਈਆ ਜਿਹੜਾ ਵਾ ਪੰਜਾਬ ਦੇ ਲੋਕਾਂ ਦੇ ਕੋਲੋਂ ਲਿਆ ਜਾ ਰਿਹਾ। ਇਹ ਸਿਰਫ ਔਰ ਸਿਰਫ ਮੈਂ ਡਿਪਾਰਟਮੈਂਟ ਜਿਹੜੇ ਗਿਣਾਏ ਨੇ ਕਿੰਨੀਆਂ ਕਿੰਨੀਆਂ ਚੀਜ਼ਾਂ 'ਤੇ ਲੋਕ ਜਿਹੜੇ ਕਾਉਸੈਸ ਭਰ ਰਹੇ ਨੇ। ਅਤੇ ਇਹ ਜਿਹੜੀ ਲਿਸਟ ਹੈ, ਇਹ ਤੁਸੀਂ ਲਿਸਟ ਦੇਖ ਸਕਦੇ ਹੋ ਕਿੰਨੀ ਵੱਡੀ ਹੈ, ਕਿੰਨੇ ਪਿੰਡਾਂ ਤੋਂ ਕਿੰਨਾ ਕਿੰਨਾ ਕਾਉਸੈਸ ਜਿਹੜਾ ਇਕੱਠਾ ਕੀਤਾ ਜਾ ਰਿਹਾ। ਅੱਜ ਜਿਹੜਾ ਅਸੀਂ ਇੱਥੇ ਬੈਠੇ ਹਾਂ, ਸਾਡੀਆਂ ਕੁਛ ਮੰਗਾਂ ਨੇ ਪੰਜਾਬ ਸਰਕਾਰ ਕੋਲੋਂ ਕਿ 2016 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਕਾਉਸੈਸ ਪੂਰੇ ਪੰਜਾਬ ਦੇ ਲੋਕਾਂ ਕੋਲੋਂ ਠੱਗੀ ਮਾਰ ਕੇ ਇਕੱਠਾ ਕੀਤਾ ਗਿਆ, ਇੱਕ ਤਾਂ ਉਹ ਜਨਤਕ ਕੀਤਾ ਜਾਏ ਕਿ ਹੁਣ ਤੱਕ ਕਿੰਨਾ ਕਾਉਸੈਸ ਇਕੱਠਾ ਹੋਇਆ, ਅਤੇ ਦੂਸਰੀ ਸਾਡੀ ਮੰਗ ਹੈ ਵੀ ਉਹ ਕਾਉਸੈਸ ਜਿੰਨਾ ਤੁਸੀਂ ਜਨਤਕ ਕਰਦੇ ਹੋ ਸਾਰੇ ਦਾ ਸਾਰਾ ਰਿਲੀਜ਼ ਕੀਤਾ ਜਾਏ ਗਊਆਂ ਦੀ ਸੁਰੱਖਿਆ ਦੇ ਵਾਸਤੇ, ਲੋਕਾਂ ਦੀ ਸੁਰੱਖਿਆ ਦੇ ਵਾਸਤੇ। ਤੀਸਰੇ ਨੰਬਰ 'ਤੇ ਹੁਣ ਤੱਕ ਜਿਹੜੇ ਕਾਉਸੈਸ ਡਿਪਾਰਟਮੈਂਟ ਜਿਹੜੇ ਲੈ ਰਹੇ ਨੇ, ਜਿਨ੍ਹਾਂ ਨੇ ਕਾਉਸੈਸ ਜਮ੍ਹਾਂ ਨਹੀਂ ਕਰਾਇਆ ਗਵਰਨਮੈਂਟ ਨੂੰ, ਉਹ ਸਾਰਿਆਂ 'ਤੇ ਕਾਰਵਾਈ ਹੋਏ। ਉਹਦੇ ਨਾਲ ਨਾਲ 2016 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਕਾਉਸੈਸ ਇਕੱਠਾ ਹੋਇਆ ਵਾ ਉਹਦੀ ਇੱਕ ਕਮੇਟੀ ਬਣਾਈ ਜਾਏ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਜਿਹੜੇ ਲੋਕ ਮੰਤਰੀ ਜਾਂ ਆਫਿਸਰ ਇਹਦੇ ਵਿੱਚ ਕਰਪਟ ਸੀਗੇ ਉਹਨਾਂ 'ਤੇ ਸਾਨੂੰ ਪ੍ਰੋਪਰ ਜਿਹੜੀ ਹੈ ਕਾਰਵਾਈ ਚਾਹੀਦੀ ਹੈ, ਉਹਨਾਂ 'ਤੇ ਅਰੈਸਟ ਪੈਣੀ ਚਾਹੀਦੀ ਹੈ। ਇੱਥੇ ਮੈਂ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਨੂੰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਨੇ ਪੀਲੀ ਪੱਗ ਦਾ ਯੂਜ਼ ਕਰਕੇ ਭਗਤ ਸਿੰਘ ਦਾ ਜਿਹੜਾ ਨਾਮ ਯੂਜ਼ ਕਰਕੇ ਵੋਟਾਂ ਲਈਆਂ ਨੇ, ਲੇਕਿਨ ਉਹਨਾਂ ਨੇ ਕੰਮ ਅਜੇ ਤੱਕ ਉਹੋ ਜਿਹਾ ਕੋਈ ਨਹੀਂ ਕੀਤਾ। ਇੱਕ ਵਾਰੀ ਵੀ ਸਾਨੂੰ ਦੱਸ ਦਿਓ 2 ਸਾਲਾਂ ਦੇ ਵਿੱਚ ਕਾਉਸੈਸ ਨੂੰ ਲੈ ਕੇ ਕੋਈ ਬਿਆਨ ਜਾਰੀ ਹੋਇਆ ਹੋਏ ਜਾਂ ਫਿਰ ਕਿਹਾ ਹੋਏ ਕਿ ਲੋਕਾਂ ਦੀ ਸੁਰੱਖਿਆ ਲਈ, ਗਊਆਂ ਦੀ ਸੁਰੱਖਿਆ ਦੇ ਲਈ ਅਸੀਂ ਇੰਨਾ ਫੰਡ ਅਸੀਂ ਰਿਲੀਜ਼ ਕਰ ਰਹੇ ਹਾਂ, ਇੰਨੀਆਂ ਗਊਆਂ ਜਿਹੜੀਆਂ ਅਸੀਂ ਸੇਫਟੀ ਦੇ ਲਈ ਜਿਹੜਾ ਅਸੀਂ ਗਊਸ਼ਾਲਾ ਵਾਸਤੇ ਕਰ ਰਹੇ ਹਾਂ। ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋਲੋਂ ਸਾਡੀਆਂ 3 ਮੰਗਾਂ ਨੇ,
ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ 500 ਤੋਂ 600 ਦੇ ਕਰੀਬ ਜਿਹੜੀਆਂ ਸੜਕਾਂ 'ਤੇ ਗਊਆਂ ਨੇ ਅੱਜ ਹੀ ਆਪਣੀਆਂ ਟੀਮਾਂ ਲਾ ਕੇ ਗਊਸ਼ਾਲਾ ਦੇ ਵਿੱਚ ਭੇਜਣ। ਗਊਸ਼ਾਲਾ ਸਾਡੇ ਕੋਲ ਬੈਠੀਆਂ ਨੇ ਗਊਆਂ ਲੈਣ ਵਾਸਤੇ। ਤੁਸੀਂ ਦੁਰਗਿਆਣਾ ਮੰਦਿਰ ਦੇ ਬਾਹਰ ਵੇਖ ਲਓ, 50 ਤੋਂ ਉੱਪਰ ਗਊਆਂ ਬੈਠੀਆਂ ਹੁੰਦੀਆਂ। ਰੋਜ਼ 3 ਤੋਂ 4 ਐਕਸੀਡੈਂਟ ਹੁੰਦੇ ਆ, ਚਾਹੇ ਲੋਕ ਮਾਰਦੇ ਨੇ ਜਾਂ ਗਊਆਂ ਮਾਰਦੀਆਂ ਨੇ। ਅਤੇ ਸਾਰੀਆਂ ਡੇਅਰੀ ਵਾਲੇ ਜਿਹੜੇ ਅੰਦਰ ਨੇ, ਡੇਅਰੀਆਂ ਬਾਹਰ ਕੀਤੀਆਂ ਜਾਣ। ਅਤੇ ਜਿਹੜੇ ਬੰਦੇ ਦੀਆਂ ਖਾਸ ਕਰਕੇ ਲੋਹਗੜ੍ਹ ਚੌਂਕ 'ਚ ਗਊਆਂ ਆਉਂਦੀਆਂ, ਉਹਨੂੰ ਅੱਜ ਹੀ ਅਰੈਸਟ ਪਾਈ ਜਾਏ, ਉਹਦੀਆਂ ਸਾਰੀਆਂ ਗਊਆਂ ਜਿਹੜੀਆਂ ਜ਼ਬਤ ਕੀਤੀਆਂ ਜਾਣ। ਸਰ, ਸਾਡੇ ਕੋਲ ਜਿੰਨੀ ਦੇਰ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਬੈਠੇ ਹਾਂ, ਅਸੀਂ ਇਹ ਸੋਚ ਕੇ ਆਏ ਹਾਂ, ਸਾਡੇ ਜਿੰਨੇ ਮਰਜ਼ੀ ਦਿਨ ਲੱਗ ਜਾਣ ਅਸੀਂ ਬੈਠੇ ਹਾਂ।